ਚਲੋ ਸਿੱਧਾ ਬੈਂਕ ਚ ਚਲੋ ਅੱਜ। ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਇੱਕ ਹੋਰ ਵੀਡੀਓ ਚ। ਬ੍ਰੋ ਤੁਹਾਡਾ ਆਪਣਾ ਚੈਨਲ ਰੀ ਹਾਲ। ਧੁੱਪ ਪੈ ਰਹੀ ਹੈ, ਵਿਟਾਮਿਨ ਡੀ ਮਿਲ ਰਿਹਾ ਨਾਸ ਪਰ ਸਰ ਅੱਜ ਵੀ ਇਦਾਂ ਕਰਕੇ ਤੁਰ ਰਹੀ ਸੀ ਰਾਤ ਦੇ। ਚਲ ਅੰਦਰ ਬਾਜਾ, ਅੱਜ ਇਹਨੂੰ ਛੱਡਣ ਆਏ ਸੀ ਅਸੀਂ ਕਾਲੀ ਬਸੰਤੀ ਤੇ। ਚਲੋ ਕੀ ਹੋ ਗਿਆ, ਮੈਂ ਪਹੁੰਚ ਗਈ, ਟਾਟਾ ਬਾਏ ਬਾਏ ਬਾਏ। ਟਾਈਮ ਸਿਰ ਪਹੁੰਚ ਗਿਆ, ਹਾਂ ਟਾਈਮ ਸਿਰ ਪਹੁੰਚ ਗਈ ਅੱਜ। ਚਲੋ ਜੀ, ਇੱਕ ਡਿਊਟੀ ਨਹੀਂ ਹੈਗੀ ਮੇਰੀ ਬਈ, ਅੱਜ ਅਰਨਾਲ ਜ਼ੋਨ ਨੇ ਮੈਨੂੰ ਛੱਡਣਾ ਤੇ ਮੈਨੂੰ ਛੱਡਣਾ ਹੈ ਬਸ, ਮੰਮੀ ਨੂੰ ਲੈ ਕੇ ਗੁਰਦੁਆਰੇ ਜਾਣਾ ਬਸ, ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਚੱਲੀਏ ਬਸ, ਮੈਂ ਮੰਮੀ ਅਤੇ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਘਰ ਨੂੰ ਤੁਰ ਵੀ ਪਏ ਹਾਂ। ਅੱਜ ਜਸਮੀਤ ਤੋਂ ਛੱਡਿਆ ਆਪਾਂ ਬੈਂਕ, ਮਤਲਬ ਛੱਡਿਆ ਬੈਂਕ, ਠੀਕ ਹੈ। ਉਸ ਤੋਂ ਆਪਾਂ ਦੋਨੋਂ ਗਏ ਗੁਰਦੁਆਰੇ ਅਤੇ ਹੁਣ ਗੁਰਦੁਆਰੇ ਤੋਂ ਜਾ ਰਹੇ ਘਰ ਨੂੰ। ਟਰੈਕਟਰਾਂ ਦੀ ਰੇਲ ਗੱਡੀ ਵੇਖੋ ਕਿੰਨੀ ਸਹੀ ਨਿਕਲਦੀ ਹੈ ਨਾ, ਆਹ ਅੱਜ ਗੱਡੀ ਦੇ ਨਹੀਂ, ਮੈਂ ਕਿਹਾ ਸਕੂਟੀ ਦਾ ਰਜ਼ਾ ਲੈਂਦਾ, ਧੁੱਪ ਇੰਨੀ ਕੜਾਕੇਦਾਰ ਨਹੀਂ ਨਿਕਲੀ, ਮਜ਼ੇਦਾਰ ਧੁੱਪ ਨਿਕਲੀ ਹੈ ਨਾ, ਤਾਂ ਕਰਕੇ ਮੈਂ ਕਿਹਾ ਸਕੂਟੀ ਚਲਾਵਾਂਗੇ ਅਤੇ ਚੱਲਦੇ ਹਾਂ ਘਰ ਨੂੰ, ਹੈ ਨਾ। ਅਰੂ ਗੁੱਡ ਮਾਰਨਿੰਗ ਹੋ ਗਈ ਅਰੂ ਦੀ। ਅਰੂ ਖਾਣ ਲੱਗੇ ਪਨੀਰ ਨਾਲ ਰੋਟੀ ਪਰੌਂਠੀ, ਮੰਮੀ ਖਾਣ ਲੱਗੇ ਆਪਣੇ ਸੈਂਡਵਿਚਸ। ਹਾਂਜੀ ਉਹਨਾਂ ਅੰਦਰ ਚਲੀ ਗਈ, ਇਹਨੂੰ ਕੀ ਹੋਇਆ, ਅੱਜ ਸਵੇਰ ਦੀ ਗੁੱਸਾ ਆਪਾਂ ਗੁਰਦੁਆਰੇ ਘਿਓ ਕੇ ਆ ਕੇ ਕਹਿੰਦੇ ਮੇਰੇ ਕੋ ਵੀ ਤਾਂ ਜਾਣਾ ਥਾ, ਯੇ ਕਿਆ ਬਾਤ ਹੋਈ। ਹਾਂਜੀ ਚਲੋ ਕੱਲ੍ਹ ਆਪਕੇ ਵੀਰ ਜੀ ਆ ਰਹੇ ਆ, ਚਲੋ ਆ ਜਾਓ ਆ ਜਾਓ ਫਟਾਫਟ, ਰੋਟੀ ਖਾ ਲਓ, ਕੱਲ੍ਹ ਆਏਂਗੇ, ਆ ਜਾਓ ਫਟਾਫਟ। ਆਪ ਗਰਗੂ ਮੰਮੀ ਕੀ ਦਾਦੀ ਕੇ ਸਾਥ ਮਿਲ ਕੇ ਸਾਰਾ ਸਾਫ਼ ਕਰ ਲੈਣਾ, ਠੀਕ ਹੈ, ਓਕੇ ਓਕੇ ਠੀਕ ਹੈ। ਹਾਂ ਵੀਰ ਜੀ, ਲਾਓ ਮੇਰਾ ਫੋਨ ਤਾਂ ਦੂਜਾ, ਓਕੇ ਬਾਏ ਬਾਏ, ਮਿਲਤੇ ਸ਼ਾਮ ਕੋ, ਹਾਂ ਠੀਕ ਹੈ, ਆਏਂਗੇ ਕੱਲ ਆਏਂਗੇ, ਸਫਾਈ ਕਰਾਏਂਗੀ ਮੇਰੇ ਨਾਲ, ਚਲੋ ਠੀਕ ਹੈ ਬਾਏ। ਇੱਧਰ ਦੇਖੋ, ਓਏ ਹੋਏ, ਮੈਂ ਕਿਹਾ ਟੌਰ ਤੇ ਤੇਰੀ ਹੈ, ਇੱਥੇ ਦੇਖੋ ਪੱਖਾ, ਆਹ ਦੇਖੋ ਵਾਹ ਮਜ਼ੇ। ਸਤਿ ਸ਼੍ਰੀ ਅਕਾਲ ਦੋਸਤੋ, ਹਮ ਆ ਗਏ ਹੈ ਘਰ, ਅੱਜ ਮੈਂ ਆ ਗਈ 5:36 ਹੋ ਰਹੇ, ਮਤਲਬ 5:30 ਘਰ, 5:10 ਤੇ ਮੇਰੀ ਮੰਮੀ ਨਾਲ ਗੱਲ ਹੋਈ ਸੀ, ਮੈਂ ਕਿਹਾ ਬਸ ਮੈਂ 5 ਤੱਕ ਨਿਕਲ ਰਹੀ ਹਾਂ ਅਤੇ ਆ ਜੂੰਗੀ, ਮੈਂ ਆ ਗਈ ਅਤੇ ਮੈਂ ਤੰਗ ਗਈ, ਚਲੋ ਮੈਂ ਉੱਪਰ ਚਲਦੇ ਹਾਂ ਦੇਖ ਰਹੇ ਹਾਂ। ਅਨਾ ਸੁੱਤੀ ਹੋਈ ਸੀ, ਦੇਖਦੇ ਹਾਂ ਉੱਠੀ ਹੈ ਕਿ ਨਹੀਂ ਉੱਠੀ, ਲੈਟਸ ਸੀ। ਮੇਰੀ ਅੱਧੀ ਹਿੰਦੀ ਅੱਧੀ ਇੰਗਲਿਸ਼ ਅਤੇ ਅੱਧੀ ਪੰਜਾਬੀ ਵਿੱਚ, ਉੱਠ ਗਿਆ ਸੋਨਾ, ਉੱਠਾ ਹੋਇਆ ਹੈ ਸੋਨਾ, ਉੱਠਿਆ ਹੋਇਆ ਹੈ। ਹੈਡ ਵਾਸ਼ ਕੀਤਾ ਸੀ, ਵਾਓ ਦਾਦੀ ਨੇ ਹੈਡ ਵਾਸ਼ ਕੀਤਾ ਸੀ, ਮਿੱਛੋ ਨਹੀਂ ਠੀਕ ਹੈ, ਦਾਈ ਖਾ ਕੇ ਠੀਕ ਹੈ, ਲੱਡੂ ਦਾਈ ਖਾ ਕੇ ਠੀਕ ਹੈ, ਖਾਲੀ ਦਾਈ ਦਾਦੀ ਖਾਲੀ ਦਾਈ। ਇੱਧਰ ਦੇਖੋ, ਤਾਜ਼ਾ ਤਾਜ਼ਾ ਮੂੰਹ ਧੋ ਲਿਆ ਇਹਨਾਂ ਨੇ, ਐਲੋਵੀਰਾ। ਅੱਛਾ ਮੇਰੇ ਤੋਂ ਨਾ ਮੰਮੀ ਇੰਸਟਾਗ੍ਰਾਮ ਤੋਂ ਕੋਈ ਲਿੰਕ ਮੰਗ ਰਿਹਾ ਸੀ, ਕਹਿੰਦੇ ਜਿੱਥੇ ਤੁਸੀਂ ਐਲੋਵੀਰਾ ਵਾਲੇ ਫੇਸ ਵਾਸ਼ ਆਰਡਰ ਕੀਤਾ ਨਾ, ਮੈਨੂੰ ਲਿੰਕ ਦਿਓ, ਉਹਨਾਂ ਦੇ ਮੰਗਾਣੇ ਆ, ਸ਼ਾਇਦ ਟੁੱਟ ਗਿਆ ਨਇਆ ਲੈ ਲੈਂਗੇ, ਕੋਈ ਗੱਲ ਨਹੀਂ। ਅਤੇ ਆਪਾਂ ਨਾ ਪਹਿਲੇ ਹੁਣ ਚੱਲੇ ਹਾਂ ਅੱਜ ਗੁਰਦੁਆਰਾ ਸਾਹਿਬ, ਠੀਕ ਹੈ, ਅਤੇ ਉਹਦੇ ਲਈ ਨਾ ਮੈਂ ਹੁਣੇ ਜਸ ਛੋਲਿਆਂ ਦਾ, ਕਾਲੇ ਛੋਲਿਆਂ ਦਾ ਲੰਗਰ ਬਣਾਇਆ ਆ, ਛੋਟਾ ਜਿਹਾ ਪ੍ਰਸ਼ਾਦ, ਮਤਲਬ ਥੋੜ੍ਹਾ ਜਿਹਾ ਪ੍ਰਸ਼ਾਦ ਬਣਾਇਆ ਆ, ਕਹਿਣ ਦਾ ਮਤਲਬ ਇਹ ਸੀਗਾ, ਉਹ ਵੀ ਦੇਖ ਕੇ ਆਵਾਂਗੇ, ਅਤੇ ਨਾਲ ਨਾਲ ਹੀ ਟੇਲਰ ਦੀ ਸ਼ੋਪ ਹੈ, ਨਾਲ ਹੀ ਆਪਾਂ ਸੂਟ ਦੇਖ ਕੇ ਆਵਾਂਗੇ, ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਫਟਾਫਟ ਸੂਟ ਦਿਖਾਉਣਾ, ਕਿਉਂਕਿ ਸੁਖਾਸਨ ਨਾ ਹੋ ਜਾਏ, ਹੈ ਨਾ, ਅਤੇ ਫਿਰ ਅਸੀਂ ਫਿਰ ਪ੍ਰਸ਼ਾਦ ਨਹੀਂ ਦੇ ਆਉਣਾ, ਹੈ ਨਾ। ਆਹ ਮੈਂ ਤੁਹਾਨੂੰ ਦਿਖਾਉਣਾ, ਇਹ ਮੰਮੀ ਦਾ ਹੈਗਾ, ਮੰਮੀ ਨੇ ਇਹਦਾ ਕੋਡ ਸੈੱਟ ਸਵਾਉਣਾ ਹੈਗਾ, ਇਹਨਾਂ ਨੂੰ ਦੇਣਾ। ਅੱਛਾ ਠੀਕ ਹੈ, ਆਪਾਂ ਨੇ ਐਕਚੁਲੀ 2 ਟੇਲਰਸ ਕੋਲ ਜਾਣਾ, ਜਿਹੜੇ ਸੂਟ ਲੈ ਕੇ ਜਾਣੇ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਹੈ ਨਾ।
ਇਹ ਤਿੰਨੋਂ ਸਵਾਲ ਆ ਉਹਨਾਂ ਕੋਲੋਂ, ਇੱਕ ਇਹ ਵਾਲਾ, ਇੱਕ ਹੈ ਗ੍ਰੀਨ, ਗ੍ਰੀਨ ਵੀ ਉਹਨਾਂ ਤੋਂ ਸਵਾਲਾਂਗੇ ਇਹਨਾਂ ਤੋਂ, ਇੱਕ ਇਹ ਸਵਾਲ ਲੈਂਦੀ ਆ, ਇੱਕ ਇਹ ਸਵਾਲ ਲੈਂਦੀ ਆ, ਇਹ ਮੈਂ ਇਹ ਵਾਲੇ ਦੂਰ ਵਾਲੇ ਟੇਲਰ ਤੋਂ ਤਿੰਨ, ਹਾਂ ਇਹਦਾ ਸਟੇਟ ਪਜਾਮਾ ਸਵਾ ਲੈਂਦੀ ਆ, ਇਹਦੀ ਪੈਂਟ ਹੀ ਸਵਾਣੀ ਆ, ਇਹਦਾ ਸਟੇਟ ਪਜਾਮਾ ਸਵਾਣਾ, ਫਟਾਫਟ ਇਹ ਸੂਟ ਮੈਨੂੰ ਮੇਰੇ ਉੱਥੇ ਦਿੱਲੀ ਮੰਮੀ ਹੁਣਾਂ ਨੇ ਦਿੱਤਾ ਸੀ, ਇਹ ਵਾਲਾ ਸੂਟ ਵੀ ਉਹਨਾਂ ਨੇ ਦਿੱਤਾ ਸੀਗਾ, ਇਹ ਸੂਟ ਮੈਨੂੰ ਇੱਧਰ ਹਰਜੀ ਨੇ ਲੈ ਕੇ ਦਿੱਤਾ ਸੀਗਾ ਪਿਛਲੀ ਗਰਮੀਆਂ ਨਾ ਮੰਮੀ, ਹੈਨਾ ਗਰਮੀਆਂ 'ਚ ਲੈ ਕੇ ਦਿੱਤਾ ਸੀਗਾ, ਜਿਹੜਾ ਕਿ ਮੈਂ ਹੁਣ ਸਵਾਣ ਲੱਗਿਆ ਕਿਉਂਕਿ ਹੁਣ ਆਫਿਸ ਜਾਣਾ ਹੁੰਦਾ ਨਾ ਅਤੇ ਫਿਰ ਬੈਂਕ 'ਚ ਲੋੜ ਪੈਂਦੀ ਕੱਪੜਿਆਂ ਦੀ, ਹੈ ਨਾ ਇਸ ਕਰਕੇ ਕੋਟਨ ਦੇ ਸਮਰ ਦੇ ਹਲਕੇ ਫੁਲਕੇ ਸੂਟ ਆਪਾਂ ਹੁਣ ਸਵਾਵਾਂਗੇ, ਹਾਂ ਮੰਮੀ ਬਹੁਤ ਗਲੋ ਆ ਗਏ, ਵੈਰੀ ਗੁੱਡ ਮੰਮੀ, ਇਹ ਦੇਖੋ ਇਹਦੀ ਕੋਟਨ ਦੀ ਚੁੰਨੀ ਆ ਅਤੇ ਇਹਦੀ ਬੋਟਮ ਹੈ, ਮੰਮੀ ਦੇਖਣਾ ਇਹਦੀ ਬੋਟਮ, ਇਹਦਾ ਸਟੇਟ ਪਜਾਮਾ, ਇਹ ਕੋਟਨ ਦੀ ਬੋਟਮ ਨਹੀਂ ਹੈ, ਦੂਜੀ ਬੋਟਮ ਹੈ, ਹਾਂ ਅਤੇ ਇਹ ਸ਼ਰਟ ਹੈਗੀ, ਇਹਦੀ ਪੈਂਟ ਸਵਾ ਲਾ ਫਿਰ, ਹੈ ਨਾ ਇਹਦੀ ਆਪਾਂ ਪੈਂਟ ਸਵਾ ਲੈਂਦੇ ਹਾਂ, ਇਹਦੀ ਇਹਦਾ ਕੱਪੜਾ ਸੇਮ ਹੈ ਇੱਕੋ ਜਿਹਾ ਹੀ, ਦੇਖੋ ਇਹਦੀ ਵੀ ਪੈਂਟ ਸਵਾਵਾਂ, ਮੈਂ ਸੋਚਿਆ ਫਿਰ ਇਹਦਾ ਹੀ ਸਟੇਟ ਪਜਾਮਾ ਸਵਾਵਾਂ ਖਾਲੀ, ਇਹ ਦੋਨਾਂ ਦੀ ਪੈਂਟ ਇਹਦਾ ਸਟੇਟ ਪਜਾਮਾ, ਹੈ ਨਾ ਨਹੀਂ ਪਜਾਮਾ ਪਲਾਜ਼ੋ ਨਹੀਂ ਸਵਾਉਣਾ ਸੀ ਸਟੇਟ, ਜਿੱਦਾਂ ਦਾ ਤੁਸੀਂ ਪਜਾਮਾ ਪਾ ਰਹੇ ਸੀ ਨਾ ਉੱਦਾਂ, ਹਾਂ ਅਤੇ ਇਹ ਸੂਟ ਜਿਹੜਾ ਮੈਨੂੰ ਹਰਜੀ ਨੇ ਪਿਛਲੀ ਸਰਦੀਆਂ ਲੈ ਕੇ ਦਿੱਤਾ ਸੀ, ਇਹਦਾ ਆਪਾਂ ਸਟੇਟ ਪਜਾਮਾ ਸਵਾਵਾਂਗੇ ਕਿਉਂਕਿ ਇਹਦੀ ਜਿਹੜੀ ਬੋਟਮ ਹੈ ਉਹ ਕੋਟਨ ਦੀ ਹੈ, ਹੈ ਨਾ ਤਾਂ ਦੇਖ ਲਵਾਂਗੇ ਜਿੱਦਾਂ ਸੂਟੇਬਲ ਬੈਠਾ, ਸੋ ਇਹ ਤਿੰਨ ਸੂਟ ਦੇਣੇ ਆ ਆਪਾਂ ਇਹ ਵਾਲੇ ਇੱਧਰ ਵਾਲੇ ਦੀਦੀ ਨੂੰ, ਹੈ ਨਾ ਉਦੋਂ ਮੈਂ ਤੁਹਾਨੂੰ ਬਾਅਦ 'ਚ ਦਿਖਾਊਂਗੀ, ਮੇਰੇ ਹਿਸਾਬ ਨਾਲ ਸ਼ਾਇਦ ਆਪਾਂ ਕੱਲ੍ਹ ਨਹੀਂ, ਕੱਲ੍ਹ ਸਾਡੇ ਪੁਰਾਣੇ ਆਉਣੇ ਆ ਅਤੇ ਸ਼ਾਇਦ ਫਿਰ ਮੰਡੇ ਨੂੰ ਇੱਧਰ ਵਾਲੀ ਦੀਦੀ ਨੂੰ ਇਹ ਵਾਲੇ ਸੂਟ ਮੰਡੇ ਨੂੰ ਦੇਖ ਕੇ ਆਵਾਂਗੇ, ਇੱਧਰ ਦੇਖੋ ਆਏ ਹਾਏ ਅੱਛਾ ਸੂਟ ਚਾਹੀਏ, ਠੀਕ ਅੱਛਾ ਠੀਕ ਠੀਕ ਹੈ, ਮੈਂ ਕਿਹਾ ਚੁੰਨੀਆਂ ਕੱਢ ਦਈਏ ਆਪਾਂ, ਹੈ ਨਾ ਮੰਮੀ ਦੇ ਵੀ ਸੂਟ ਆ ਗਏ ਆ, ਦੇਖੋ ਮੰਮੀ ਨੇ ਦੋ ਸੀਨੇ ਦੇਣੇ ਆ, ਇੱਕ ਮੰਮੀ ਦਾ ਇਹ ਵਾਲਾ ਹੈ ਜਿਹੜਾ ਮੇਰਾ ਬਲੂ ਨਹੀਂ ਹੈ, ਹਰਜੀ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਬਲੂ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਇਆ, ਮਤਲਬ ਉਹਦੇ ਨਾਲ ਮੰਮੀ ਨੇ ਇਹ ਲਿੱਤਾ ਸੀਗਾ ਮੈਂ ਉਹ ਲਿੱਤਾ ਸੀ, ਮੰਮੀ ਨੇ ਇਹ ਲਿੱਤਾ ਸੀ ਅਤੇ ਇੱਕ ਆਹ ਦੇਖੋ ਇੱਕ ਆ ਪਲੇਨ ਹੈਗਾ, ਮੰਮੀ ਕਹਿੰਦੇ ਮੈਂ ਪਲੇਨ ਸਵਾਉਣਾ, ਮੈਂ ਕਿਹਾ ਲੈਸ ਵੈਸ ਲਗਵਾ ਕੇ ਨਾ ਕੋਂਬੀਨੇਸ਼ਨ ਕਲਰ 'ਚ ਸੋਹਣਾ ਜਿਹਾ ਸਵਾ ਲਿਓ, ਫਿਰ ਨਾਲ ਅਸੀਂ ਉਹਦੇ ਦੁਪੱਟਾ ਲੈ ਲਵਾਂਗੇ, ਹੈ ਨਾ ਆਪਕੋ ਸੂਟ ਲੈ ਕੇ ਦੇਤੀ, ਚਲੋ ਆਪਕੋ ਉਨਕੀ ਸ਼ੋਪ ਸੇ ਸੂਟ ਲੈ ਕੇ ਦੇਤੀ ਹੂੰ, ਚਲੋ ਆਪਕਾ ਵੀ ਸੀਨਾ ਦੇ ਕੇ ਆਤੇ ਆਂਟੀ ਸੇ ਕੱਪੜਾ ਲੈ ਕੇ, ਮੰਮੀ ਹੁੰਦੇ ਆ ਉਹਨਾਂ ਕੋਲ ਕੱਪੜੇ ਨਾ, ਚੱਲ ਤੇਰੇ ਕੋਲ ਸੂਟ ਸਵਾ ਕੇ ਦੇਤੀ ਹੂੰ, ਚੱਲ ਇਹਦੇ ਲਈ ਵੀ ਕੋਈ ਕੱਪੜਾ ਉੱਥੇ ਡਿਸਾਈਡ ਕਰਕੇ ਨਾ ਇਹਨੂੰ ਸੂਟ ਸਵਾ ਲਾਂਗੇ, ਐਸਾ ਲੈ ਕੇ ਦੇਤੀ ਹੂੰ, ਚਲੋ ਐਸਾ ਗ੍ਰੀਨ ਵਾਲਾ, ਠੀਕ ਹੈ ਚਲੋ ਐਸਾ ਗ੍ਰੀਨ ਵਾਲਾ ਨਾ, ਠੀਕ ਹੈ ਚਲੋ ਚਲੇ ਚਲੋ ਸੂਟ ਹੈ, ਸ਼ਾਦੀ ਪੇ ਕਿਸਕੀ ਜਾਣਾ ਆਪਣੇ ਸੂਟ ਪਾ ਕੇ, ਹਜੇ ਚਾਚਾ ਕੀ ਸ਼ਾਦੀ ਨਹੀਂ ਹੋ ਰਹੀ ਅਭੀ, ਚਲੋ ਜਬ ਹੋਏਗੀ ਨਾ ਤਬ ਆਪਕੋ ਸੋਹਣਾ ਸੂਟ ਸਵਾ ਕੇ ਦੇਂਗੇ, ਠੀਕ ਹੈ ਅਭੀ ਸਵਾ ਦੇਤੀ ਹੂੰ, ਚਲ ਹਾਂ ਮੈਂ ਚਲ ਸੋਹਣਾ ਸੂਟ ਲੈ ਕੇ ਦੇਤੀ ਹੂੰ, ਚਲ ਚਲੋ ਹਾਂ ਕੀ ਕਰ ਲਾਂਗੇ, ਇਹ ਚਾਵਲ ਅੱਧੇ ਘੰਟੇ ਚ ਬਣ ਜਾਣੇ ਆ, ਅੱਧਾ ਘੰਟਾ ਭਿਗੋ ਕੇ ਤੜਕਾ ਲਾ ਦੇਣਾ, ਚਲੋ ਹੁਣ ਚਲੀਏ ਅਸੀਂ ਬਾਜ਼ਾਰ ਜਾ ਰਹੇ ਆ, ਫਿਰ ਆਪੇ ਬਾਅਦ ਚੋਂ ਕੰਮ ਵਾਲੀ ਆਏਗੀ ਤੇ ਦਾਰਾ ਸਾਹਿਬ ਵੀ ਚੱਲਦੇ ਆ, ਹਾਂ ਅਨਾਸ ਦੀ ਚੁੰਨੀ ਤਾਂ ਇੱਥੇ ਹੀ ਰਹਿ ਗਈ, ਹਾਂ ਚੁੰਨੀ ਇੱਥੇ ਹੀ ਰਹਿ ਗਈ, ਮੈਂ ਇਹਦੇ ਵਿੱਚ ਹੀ ਪਾ ਲੈਣੀ ਆ, ਚਲੋ ਆਪਾਂ ਪ੍ਰਸ਼ਾਦ ਵਾਲਾ ਡੂੰਗਾ ਵੀ ਚੱਕ ਲਈਏ, ਹਾਂ ਐਸਾ ਲੈ ਕੇ ਦੇਤੀ ਹੂੰ, ਚਲ ਹਾਂ ਠੀਕ ਹੈ ਆ ਜਾ ਆ ਜਾ,
ਲੋ ਜੀ ਸਾਡੇ ਛੋਲਿਆਂ ਦਾ ਪ੍ਰਸ਼ਾਦ ਹੈਗਾ ਰੈਡੀ। ਅਨਾਸ ਕੋਲ ਵਾਸ਼ਰੂਮ 'ਚੋਂ ਆਵਾਜ਼ਾਂ ਮਾਰ ਰਹੀ ਹੈ, ਆ ਗਈ। ਜਦੋਂ ਜਦੋਂ ਕਿਤੇ ਜਾਣ ਲੱਗੀ ਨਾ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਆਉਂਦੀਆਂ ਹੁੰਦੀਆਂ ਵਾਸ਼ਰੂਮ ਵਾਲੀਆਂ। ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਅਤੇ ਬਹੁਤ ਸੋਹਣਾ ਕੀਰਤਨ ਚੱਲ ਰਿਹਾ ਅੰਦਰ। ਚਲੋ ਚੱਲੀਏ ਇੱਧਰ ਦੇਖੋ ਇਹਨੂੰ। ਚਲੋ ਲਓ ਜੀ, ਅਨਾਸ ਕੋਲ ਨਾਪ ਦੇਣ ਲੱਗੀ ਹੈ। ਅਨਾਸ ਕਹਿੰਦੀ ਮੈਨੂੰ ਵੀ ਸੂਟ ਸਵਾ ਕੇ ਦਿਓ, ਅਤੇ ਹੁਣ ਅਸੀਂ ਸਪੈਸ਼ਲ ਅਨਾਸ ਲਈ ਸੂਟ ਖਰੀਦਿਆ ਆ ਅਤੇ ਹੁਣ ਆਪਣਾ ਨਾਪ ਦੇ ਰਹੀ ਹੈ। ਨਹੀਂ ਕਿਹਦੀ? ਨਹੀਂ ਇਹ ਤਾਂ ਬਹੁਤ ਲੰਬੀ ਹੋ ਜਾਏਗੀ ਆਂਟੀ। ਮੰਮੀ ਗੋਡੇ ਤੱਕ ਸਹੀ ਹੈ, ਦੇਖੋ ਅੱਗੇ ਆ ਕੇ ਆ ਗਏ ਮੰਮਾ ਆ ਗਏ। ਅਰੇ ਸਿੱਧੀ ਖੜੀ ਹੋ, ਸੋਹਣਾ ਜਿਹਾ ਬਣਾ ਦਿਓ ਇਹਦਾ ਸੂਟ। ਪੈਂਟ ਬਣਾਇਓ ਆਂਟੀ ਦੀ, ਹਾਂ ਪੈਂਟ ਬਣਾਇਓ। ਨਾ ਜ਼ਿਆਦਾ ਨਾ ਫਿਟਿੰਗ ਦਾ, ਨਾ ਲੂਜ਼ ਹੋਵੇ ਇਹਦਾ ਵੀ, ਨਾ ਟਾਈਟ ਹੋਵੇ। ਟਾਈਟ ਕੱਪੜੇ ਨਹੀਂ ਪਾਉਂਦੀ ਜ਼ਿਆਦਾ। ਸੋਹਣੀ ਜੀ ਪੈਂਟ ਬਣਾ ਦਿਓ, ਲੈਸ ਵੈਸ ਦੇਖ ਲਿਓ, ਲਾ ਦਿਓ। ਆਂਟੀ ਨੇ ਲਾ ਦੇਣੀ ਆਪੇ, ਪੈਂਟ 'ਤੇ ਵੀ ਲਾ ਦਿਓ ਥੱਲੇ, ਹੈ ਨਾ ਥੱਲੇ ਪੈਂਟ 'ਤੇ ਔਰ ਬਾਹਾਂ 'ਤੇ ਗਲੇ 'ਤੇ ਲਾ ਦਿਓ। ਅਨਾਜ਼ ਆਪਾਂ ਸੋਹਣਾ ਜਿਹਾ ਸੂਟ ਸਵਾ ਲੈਣਾ, ਹੈ ਨਾ। ਅਨਾਜ਼ ਜਦੋਂ ਹੁਣ ਸੀ ਹੋ ਜਾਏਗਾ ਨਾ ਫਿਰ ਤੁਹਾਨੂੰ ਦਿਖਾਵਾਂਗੇ ਕੱਪੜਾ ਅਸੀਂ ਇੱਥੋਂ ਬਾਏ ਕਰ ਲਿਆ। ਮੈਂ ਥੋੜੀ ਨਾਪ ਦੂੰਗੀ, ਮੇਰਾ ਨਾਪ ਲਿਆਓ ਬਈ। ਅਸੀਂ ਸੂਟ ਸੀਨਾ ਦੇ ਕੇ ਆ ਗਏ ਘਰੇ, ਅਨਾਸ ਕੋਲ ਵੀ ਆਪਣਾ ਸੂਟ ਸੀਨਾ ਦੇ ਆਈ ਹੈ, ਸਪੈਸ਼ਲ ਜ਼ਿੱਦ ਕਰਕੇ ਖਰੀਦਿਆ ਉਹਦੇ ਲਈ ਸੀਨਾ ਦਿੱਤਾ। ਅਤੇ ਹੁਣ ਆ ਕੇ ਨਾ ਭੁੱਖ ਬਹੁਤ ਲੱਗੀ ਸੀ, ਵਾਟਰਮੈਲਨ ਦੇ ਛਿਲਕੇ ਚੱਕਣੇ ਆ ਥੋੜ੍ਹਾ ਜਿਹਾ। ਪਾਪਾ ਮੈਂ ਮੰਮੀ ਨਾਲ ਦੇ ਵਾਟਰਮੈਲਨ ਖਾਇਆ, ਰਾਈਸ ਵੀ ਗੋ ਕੇ ਰੱਖਤੇ ਆ, ਕਾਲੇ ਛੋਲੇ ਤਰੀ ਵਾਲੇ ਬਣੇ ਹੋਏ ਆ ਇਹਦੇ ਨਾਲ, ਹੁਣ ਰਾਈਸ ਬਣ ਗਏ। ਕੁੱਕਰ ਗੰਦਾ ਹੈ ਕਿਉਂਕਿ ਸੀਟੀ ਵੀਟੀ ਵੱਜਦੀ ਹੈ ਨਾ, ਅਤੇ ਫਿਰ ਉਹ ਪਾਣੀ ਬਣੀ ਆ ਜਾਂਦਾ ਛੋਲਿਆਂ ਨਾਲ, ਰਾਜਮਾਂਹ ਦਾ ਇਸ ਕਰਕੇ। ਅਤੇ ਫਿਰ ਹੁਣ ਛੋਲਿਆਂ ਦੇ ਨਾਲ ਚਾਵਲ ਬਣਾਵਾਂਗੇ, ਫਟਾਫਟ ਬਣਾ ਲਈਏ, ਭੁੱਖ ਲੱਗਿਆ, ਫਟਾਫਟ ਛੋਲੇ ਚਾਵਲ ਖਾ ਲਾਂਗੇ। ਤੁਮ ਕਹਾਂ ਸੇ ਆ ਰਹੀ ਹੋ ਸੈਰ ਕਰਤੀ ਹੋਈ ਮਿਸਿਸ ਪਰਮਜੀਤ ਕੌਰ? ਛੱਤ ਪੇ ਗਈ ਤੀ, ਛੱਤ ਪੇ ਛੋਲੇ ਖਾਏਂਗੇ, ਭੁੱਖ ਲੱਗੀ ਹੈ ਬੜੀ ਤੇਜ਼। ਬਸ ਮੈਂ ਰੱਖਣ, ਮੈਂ ਸੋਚ ਰਹੀ ਹਾਂ 15-20 ਮਿੰਟ ਤਾਂ ਹੋ ਗਏ ਵੀ ਕੋਈ ਨੂੰ ਬਸ ਬਣਾਵਾਂ, ਹੈ ਨਾ। 5 ਕੁ ਮਿੰਟ ਪਾਣੀ ਰਿੱਝਣ ਨੂੰ ਵੀ ਲੱਗਣਗੇ, 5 ਮਿੰਟ ਹੋਰ ਭਿੱਜ ਜਾਣਗੇ ਉਹਦੇ ਚੱਕਰ 'ਚ, ਹੈ ਨਾ। ਤੋ ਹਮ ਬਣਾ ਹੀ ਦਿੱਤੇ ਹੈ ਚਾਵਲ, ਚੌਲ ਚੌਲ ਗੌਰ ਸੇ ਦੇਖੋ, ਇਹ ਉਹ ਆਈਟਮ ਹੈ ਜਿਹੜਾ ਮੰਮੀ ਨੇ ਦਿੱਲੀ ਮੰਗਾਇਆ ਸੀ। ਮੰਮੀ ਨੇ ਸੋਚ ਕੇ ਮੰਗਾਇਆ ਸੀ, ਕੀ ਸੋਚ ਕੇ ਮੰਗਾਇਆ ਸੀ ਤੁਸੀਂ? ਬਿਸਕਿਟ ਪਾਉਣ ਲਈ, ਪਰ ਕੋਲੀਆਂ ਠੀਕ ਹੈ, ਡੀਪ ਹੈ ਉਹਦਾ, ਛੋਟੀਆਂ ਮਤਲਬ ਨਿਕਲ ਗਿਆ ਮੰਮੀ ਸੋਰੀ, ਪਰ ਬਹੁਤ ਸੋਹਣੀਆਂ ਆਇਆ ਦੇਖੋ, ਹੈ ਨਾ। ਮਤਲਬ ਵਿੱਚ ਆਪਾਂ ਡਰਾਈ ਫਰੂਟ ਪਾ ਕੇ, ਮੰਮੀ ਵਿੱਚ ਡਰਾਈ ਫਰੂਟ ਪਾ ਕੇ ਸਜਾ ਕੇ ਰੱਖੋ, ਹੈ ਵਿੱਚ ਡਰਾਈ ਫਰੂਟ ਪਾ ਕੇ ਸਜਾ ਕੇ ਰੱਖਿਆ, ਬਹੁਤ ਸੋਹਣਾ ਜਿਹਾ ਨਾ ਦੇਖੋ, ਕਿਹੜਾ ਕਿਊਟ ਜਿਹਾ। ਵੈਰੀ ਗੁੱਡ, ਆ ਗਈ ਉਹ ਤੋੜ ਫੋੜ, ਫੜ ਲਓ, ਤੋੜ ਫੋੜ ਆ ਗਈ ਜੇ, ਤੋੜ ਫੋੜ ਪਾਪਾ ਨੂੰ ਏਦਾਂ ਹੋਇਆ ਗੁੱਸਾ ਕਰੀ, ਤੁਸੀਂ ਮੇਰੀ ਦਾਦੀ ਕਿੱਦਾਂ ਫੜ ਲਈ ਹੈ, ਉਹ ਦੇਖੋ ਆ ਗਈ ਦਾਦੀ ਕਿੱਦਾਂ ਫੜ ਲਈ, ਉਹ ਦੇਖ ਉਹ ਦੇਖ, ਨਹੀਂ ਮਾਰਨਾ ਨਹੀਂ, ਉਹ ਦੇਖ ਲੱਡੋ
ਪਿੱਛੇ ਨਾ ਗਿਰਜੀ ਫੁੱਲਦੀ ਪਈ ਆ ਪਾਪਾ ਬਸ ਬਸ ਬੇਟਾ ਬਸ ਏਡਾ ਗੁੱਸਾ ਨੀ ਕਰਦਾ ਬਸ ਕੁਛ ਨੀ ਕਿਹਾ ਤੇਰੀ ਦਾਦੀ ਨੂੰ ਉਹਨਾਂ ਨੇ ਕੁਛ ਨੀ ਕਿਹਾ ਤੇਰੀ ਦਾਦੀ ਨੂੰ ਮੇਰੇ ਕੋਲ ਕਿਉਂ ਗੁੱਸਾ ਕਰ ਰਹੀ ਆ ਲੋਕੀ ਵੀ ਸਿਰਾ ਹੀ ਕਰਾਉਂਦੇ ਮੈਂ ਦੇਖਿਆ ਕਮੈਂਟਾਂ ਦੇ ਵਿੱਚ ਹੈਨਾ ਇੰਸਟਾਗ੍ਰਾਮ ਦੇ ਕਮੈਂਟਾਂ ਦੇ ਵਿੱਚ ਇਹਦਾ ਡਾਂਸ ਦੇਖ ਲਓ ਤੁਸੀਂ ਆਹ ਦੇਖੋ ਆਹ ਦੇਖੋ ਇਹਦਾ ਡਾਂਸ ਦੇਖ ਲਿਆ ਕਿਤੇ ਇੰਨੇ ਕੁ ਜ਼ਿਆਦਾ ਹੀ ਸ਼ੀਰਾ ਕੀਤਾ ਤੇ ਬਈ ਰਾਤ ਦੇ ਨਾ 10 ਵਜੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਆ ਅਸੀਂ ਹੁਣ ਬਾਹਰ ਬੈਠੇ ਹੋਏ ਆ 11 ਵਜ ਚੱਲੇ ਆ ਅਸੀਂ ਬਾਹਰ ਬੈਠੇ ਕਿਉਂਕਿ ਅਨਾਸ ਕਹਿੰਦੀ ਬਾਹਰ ਬੈਠਣਾ ਬਾਹਰ ਠੰਡਾ ਵੀ ਲੱਗ ਰਿਹਾ ਹੈ ਨਾ ਪੱਖਾ ਚਲਾ ਕੇ ਨਾ ਠੰਡਾ ਲੱਗ ਰਿਹਾ ਬਾਹਰ ਹਜੇ ਉਹ ਸਿਸਟਮ ਨਹੀਂ ਆਇਆ ਕਿ ਬਾਹਰ ਵੀ ਗਰਮੀ ਲੱਗੇ ਹੈ ਨਾ ਹਜੇ ਠੀਕ ਆ ਬਾਹਰ ਠੰਡਾ ਲੱਗ ਰਿਹਾ ਹਾਂ ਬਾਹਰ ਰਾਤ ਨੂੰ ਕੰਬਲ ਲੈਣਾ ਹਾਂ ਬਈ ਅੱਜ ਸਾਡੇ ਘਰੇ ਬਣੀ ਹੈ ਠੰਡੀ ਠੰਡੀ ਕੋਲਡ ਕੌਫੀ ਹਾਂ ਦੁੱਧ ਠੰਡਾ ਸੀਗਾ ਬਹੁਤ ਹਜੇ ਬਰਫ਼ ਦੀ ਲੋੜ ਨਹੀਂ ਹੈਗੀ ਸੋ ਮੈਂ ਕੋਲਡ ਕੌਫੀ ਬਣਾ ਕੇ ਹਟੀ ਸੀ ਮੰਮੀ ਕਹਿ ਰਹੇ ਸੀਗੇ ਕਿਉਂਕਿ ਮੈਂ ਪਰਸੋਂ ਬੋਲਿਆ ਸੀ ਮੈਂ ਬਣਾਉਂਗੀ ਪਰ ਫਿਰ ਕੱਲ੍ਹ ਅਸੀਂ ਕੁੜੀਆਂ ਵਗੈਰਾ ਖਾ ਲਈਆਂ ਫਿਰ ਕੋਲਡ ਕੌਫੀ ਬਣਾਈ ਨਹੀਂ ਉਹਦੇ ਚੱਕਰ ਮੈਂ ਕਿਹਾ ਚਲੋ ਅੱਜ ਬਣਾ ਲੈਂਦੇ ਹਾਂ ਨਾ ਇਹ ਤਾਂ ਦੂਰਾ ਤੂਰਾ ਕਰ ਦਿੰਦੀ ਬੰਦੇ ਨੂੰ ਮੇਰੀ ਜਾਨ ਆਪਕੀ ਜਾਨ ਫਸ ਗਈ ਆਪਕੀ ਆਪਕੀ ਜਾਨ